ਸਤਿ ਅਕਾਲ ਜੀ। ਇਹ ਸਾਡੇ ਪੇਸ਼ੈਂਟ ਨੇ ਜੀ, ਸ਼ੁਭਲਤਾ ਵਾਈਫ ਆਫ ਯਸ਼ਪਾਲ ਸਿੰਘ। ਇਹ ਮੁਕੇਰੀਆਂ ਤੋਂ ਬਿਲੋਂਗ ਕਰਦੇ ਨੇ। ਇਹਨਾਂ ਦੇ ਵਿਆਹ ਨੂੰ ਜੀ 9 ਸਾਲ ਦਾ ਸਮਾਂ ਹੋ ਗਿਆ ਸੀ, ਪਰ ਇਹਨਾਂ ਦੇ ਕੋਈ ਬੱਚਾ ਨਹੀਂ ਸੀਗਾ। ਇਹਨਾਂ ਨੇ ਕਾਫੀ ਜਗ੍ਹਾ ਤੋਂ ਜਿਹੜਾ ਬੱਚੇ ਦਾ ਉਹ ਟ੍ਰੀਟਮੈਂਟ ਲਿਆ, ਪਠਾਨਕੋਟ ਤੋਂ, ਮੁਕੇਰੀਆਂ ਤੋਂ, ਲੋਕਲ ਡਾਕਟਰ ਤੋਂ, ਜਲੰਧਰ ਤੋਂ ਵੀ ਇਹਨਾਂ ਨੇ ਮੈਡੀਸਨ ਕਰਦੀ, ਪਰ ਕਿਤੋਂ ਵੀ ਇਹਨਾਂ ਨੂੰ ਜਿਹੜੀ ਆ ਉਹ ਬੱਚੇ ਦੀ ਖੁਸ਼ੀ ਪ੍ਰਾਪਤ ਨਹੀਂ ਹੋਈ। ਉਸ ਤੋਂ ਬਾਅਦ ਜੀ ਇਹਨਾਂ ਨੇ ਡਾਕਟਰ ਸੁਮਿਤਾ ਸੂਫਤ ਬਾਰੇ ਇਹਨਾਂ ਨੂੰ ਇਹਨਾਂ ਦੇ ਕਿਸੇ ਜਾਣਕਾਰ ਤੋਂ ਪਤਾ ਲੱਗਿਆ। ਇਹਨਾਂ ਨੇ 2017 ਦੇ ਵਿੱਚ ਜਨਵਰੀ ਦੇ ਵਿੱਚ ਉੱਥੋਂ ਟ੍ਰੀਟਮੈਂਟ ਲੈਣਾ ਸ਼ੁਰੂ ਕੀਤਾ ਅਤੇ ਡਾਕਟਰ ਨੇ ਬਹੁਤ ਹੀ ਵਧੀਆ ਢੰਗ ਨਾਲ ਜੀ ਇਹਨਾਂ ਦਾ ਇਲਾਜ ਕੀਤਾ। ਉਸ ਤੋਂ ਬਾਅਦ ਮਈ ਦੇ ਵਿੱਚ ਇਹਨਾਂ ਦੇ ਪ੍ਰੈਗਨੈਂਸੀ ਹੋਈ ਹੈ ਜੀ 2017 ਦੇ ਵਿੱਚ, ਅਤੇ 2018 ਜਨਵਰੀ 1 ਨੂੰ ਇਹਨਾਂ ਦੇ ਘਰ ਜੋੜੇ ਬੱਚਿਆਂ ਨੇ ਜਨਮ ਲਿਆ। ਦੋਵੇਂ ਮੁੰਡੇ ਨੇ ਜੀ, ਦੋਨਾਂ ਨੇ ਜਨਮ ਲਿਆ। ਅਤੇ ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਡਾਕਟਰ ਸੁਮਿਤਾ ਸੂਫਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਨੇ ਅਤੇ ਅੱਗੇ ਦੁਆ ਕਰਦੇ ਨੇ ਕਿ ਉੱਦਾਂ ਦਾ ਹਸਪਤਾਲ ਹੈ ਜਿਹੜਾ ਇੱਦਾਂ ਹੀ ਤਰੱਕੀਆਂ ਕਰਦਾ ਰਹੇ। ਧੰਨਵਾਦ ਜੀ।